ਸ਼ਰਮਾ ਫੈਸ਼ਨਸ ਸ਼ੋਰੂਮ ਇੱਥੇ ਹੈ ਜੀ ਸਾਡੇ ਇੱਕ ਸ਼ਹਿਰ ਦੇ ਵਿੱਚ, ਜਿਨ੍ਹਾਂ ਨੂੰ ਕਿ ਇੱਕ ਲੈਟਰ ਮਿਲੀ ਸੀ ਜਿਹਦੇ ਵਿੱਚ ਉਹਨਾਂ ਨੂੰ ਥ੍ਰੈਟ ਮਿਲੀ ਸੀ ਔਰ ਰੈਨਸਮ ਵਾਸਤੇ ਲਿਖਿਆ ਹੋਇਆ ਸੀ। ਉਸ ਕੇਸ ਨੂੰ ਸਾਡੀ ਇਨਵੈਸਟੀਗੇਸ਼ਨ ਟੀਮ ਨੇ ਕ੍ਰੈਕ ਕੀਤਾ ਜੀ। ADCP ਇਨਵੈਸਟੀਗੇਸ਼ਨ ਸਾਹਿਬ ਦੀ ਰਹਿਨੁਮਾਈ ਹੇਠ ACP ਕ੍ਰਾਈਮ, ACP ਸੈਂਟਰਲ ਅਤੇ ACP ਇੰਸਪੈਕਟਰ ਸਪੈਸ਼ਲ ਸੈੱਲ ਜਿਹੜੇ ਸਾਡੇ ਹੈਗੇ ਇੰਦਰਜੀਤ, ਉਹਨਾਂ ਦੀ ਟੀਮ ਨੇ ਇਹ ਸਾਰੇ ਕੇਸ ਨੂੰ ਬ੍ਰੇਕ ਕਰਕੇ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਅਸਲਾ ਐਮੂਨੀਸ਼ਨ ਬਰਾਮਦ ਕੀਤਾ ਜਿਹਦੀ ਤੁਸੀਂ ਦੇਖ ਹੀ ਲਿਆ। ਹਾਂਜੀ, ਇਹ ਧੋਬੀ ਘਾਟ ਤੋਂ ਗ੍ਰਿਫਤਾਰ ਕੀਤਾ ਜੀ। ਹਾਂਜੀ, 8 ਬੰਦੇ ਆ ਜੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਨਾਮ ਇਹਨਾਂ ਦੇ ਸਾਰਿਆਂ ਦੇ ਹੈਗੇ ਆ ਜੀ, ਤੁਹਾਨੂੰ ਪ੍ਰੈਸ ਨੋਟ ਮਿਲ ਜਾਏਗਾ। ਸੰਜੇ ਹੈ, ਇੱਕ ਦੀਪਕ ਹੈ, ਇੱਕ ਗਜਿੰਦਰ ਹੈ, ਰਾਧੇ ਹੈ, ਅਭਿਸ਼ੇਕ ਗਿੱਲ ਹੈ, ਪੱਪੂ ਹੈ, ਮਨੋਜ ਹੈ, ਦੀਪਕ ਹੈ। ਨਹੀਂ ਨਹੀਂ, ਇਹ ਉਹਨਾਂ ਦਾ ਨਾਮ ਲਿਖ ਕੇ ਇਹਨਾਂ ਨੇ ਫਿਰੌਤੀ ਮੰਗੀ ਜੀ, ਕੋਈ ਇਸ ਤਰ੍ਹਾਂ ਦਾ ਲਿੰਕ ਨਹੀਂ ਆਇਆ ਇਹਨਾਂ ਦਾ। ਉਹ ਇਨਵੈਸਟੀਗੇਸ਼ਨ ਮਾਸਟਰ ਮਾਈਂਡ ਇਹਨਾਂ ਦੇ ਵਿੱਚ ਜਿਹੜਾ ਇਹਨਾਂ ਦਾ ਮੇਨ ਬੰਦੇ ਸੀ ਜਿਨ੍ਹਾਂ ਨੇ ਡਿਲੀਵਰ ਕੀਤਾ ਸੀ, ਉਹ ਤਾਂ ਮਨੋਜ ਐਂਡ ਰਾਧੇ ਸੀਗੇ ਜੀ। ਰਾਧੇ ਜਿਹੜੇ ਦੋ ਬੰਦੇ ਸੀ, ਵੈਪਨ ਤਾਂ ਇਹਨਾਂ ਨੇ ਬਾਹਰੋਂ ਮੰਗਾਏ ਆ ਜੀ। ਬਾਹਰੋਂ ਮੀਨਸ ਦੋ ਤਾਂ ਪਾਕਿਸਤਾਨੀ ਨੇ, ਇੱਕ ਉਹ ਬਟ ਇਹਨਾਂ ਦੇ ਲਏ ਤਾਂ ਇੱਥੋਂ ਗੰਗਾਨਗਰ ਸਾਈਡ ਤੋਂ ਨੇ, ਠੀਕ ਹੈ ਜੀ। ਔਰ ਕਿਸੇ ਜਿਹੜੇ ਬੰਦਿਆਂ ਤੋਂ ਲਏ ਨੇ, ਉਹ ਹੁਣ ਇਨਵੈਸਟੀਗੇਸ਼ਨ ਦਾ ਹਿੱਸਾ ਵੀ ਕਿੱਥੋਂ ਲਏ, ਕਿਵੇਂ ਲਏ, ਉਹ ਅਸੀਂ ਟਰੈਕ ਕਰਾਂਗੇ। ਨਹੀਂ, ਇਹਨਾਂ ਦੀ ਬੈਕਗਰਾਉਂਡ ਕੋਈ ਐਜ ਸੱਚ ਕ੍ਰਿਮੀਨਲ ਨਹੀਂ ਹੈਗੇ ਜੀ। ਫਸਟ ਟਾਈਮ ਮੰਗੀ ਹੈ, ਇਹਨਾਂ ਦਾ ਗੈਂਗ ਲਗਭਗ ਬਣ ਗਿਆ ਸੀ ਆਪਸ 'ਚ, ਔਰ ਇਹੋ ਜਿਹੇ ਵਾਰਦਾਤਾਂ ਹੋਰ ਬਹੁਤ ਹੋਣੀਆਂ ਸੀ ਜੇ ਇਹ ਕੇਸ ਕ੍ਰੈਕ ਨਾ ਹੁੰਦਾ। ਜੋ ਹੁਣ ਤਫਤੀਸ਼ 'ਚ ਦੇਖਾਂਗੇ ਜੀ, ਪਰ ਹਾਲੇ ਤੱਕ ਕੋਈ ਲਿੰਕ ਐਸਟੈਬਲਿਸ਼ ਨਹੀਂ। ਉਹ ਅਸਲੀ ਸੀਗੀ ਚਿੱਠੀ ਗਈ ਸੀ, ਉਸ ਤੋਂ ਬਾਅਦ ਚੋਂ ਫੋਨ ਵੀ ਆਇਆ ਸੀਗਾ। ਨਹੀਂ, ਪਹਿਲਾਂ ਫੋਨ ਨਹੀਂ ਕੀਤਾ ਸੀ, ਪਹਿਲਾਂ ਚਿੱਠੀ ਦਿੱਤੀ ਹੈ। ਇਹ ਬੰਦਾ ਕਹਿੰਦਾ ਲਾਸਟ ਦਸੰਬਰ 'ਚ ਵੀ ਇਹਨੂੰ ਫਿਰੌਤੀ ਦੀ ਕਾਲ ਆਈ ਸੀਗੀ, ਉਹ ਇਹੀ ਬੰਦੇ ਨੇ? ਨਹੀਂ, ਉਹ ਇਨਵੈਸਟੀਗੇਸ਼ਨ ਦਾ ਹਿੱਸਾ ਜੀ, ਉਹ ਹਾਲੇ ਕਲੀਅਰ ਹੋਏਗਾ ਵੀ ਉਹ ਇਹ ਸੀਗੇ ਜਾਂ ਕੋਈ ਹੋਰ ਬੰਦੇ ਸੀਗੇ ਜਾਂ ਕੀ। ਟੋਟਲ 8 ਬੰਦੇ ਆ ਜਾਂ ਇਹਨਾਂ ਇਲਾਵਾ ਬੰਦੇ ਹੋਰ ਹੈਗੇ? ਇਹ ਹਾਲੇ ਇਨਵੈਸਟੀਗੇਸ਼ਨ ਚ ਆਏਗਾ ਜੀ, ਹੋਰ ਕਿੰਨੇ ਬੰਦੇ ਇਹਨਾਂ ਦੇ ਨਾਲ ਆਉਂਦੇ ਆ। ਹਾਂਜੀ, ਇਹਨਾਂ ਚੋਂ ਜ਼ਿਆਦਾਤਰ ਵਿਹਲੇ ਨੇ ਜੀ। ਨਹੀਂ, ਪਹਿਲਾਂ ਕੋਈ ਕ੍ਰਾਈਮ ਅਟੈਂਪਟ ਹੱਥਾ, ਕੋਈ ਕ੍ਰਿਮੀਨਲ ਹਿਸਟਰੀ ਆਈ ਨਹੀਂ ਸਾਹਮਣੇ, ਇਨਵੈਸਟੀਗੇਸ਼ਨ ਹੋਏਗੀ ਤਾਂ ਫਿਰ ਪਤਾ ਲੱਗੇ। ਹਾਂਜੀ ਹਾਂਜੀ, ਮਿਲੇ ਹੈ ਜੀ, 3 ਜੀ ਪਿਸਤੌਲ। ਇਹਨਾਂ ਨੇ ਸ਼ਹਿਰ ਦੇ ਵਿੱਚ ਡਿਫਰੈਂਟ ਬਿਜ਼ਨਸ ਹਾਊਸਿਸ ਦੇ ਬਾਰੇ ਰੈਕੀ ਕਰ ਰਹੇ ਸੀ, ਇਹਨਾਂ ਦੇ ਪਹਿਲੇ ਉਹ ਆ ਗਿਆ। ਹਾਂ, ਫਸਟ ਟਾਰਗੇਟ ਉਹ ਆ ਗਿਆ। ਕਿਸ ਤਰੀਕੇ ਨਾਲ ਆਇਆ, ਹੁਣ ਇਹ ਤਫਤੀਸ਼ ਆਏਗਾ ਕਿ ਉਹਨਾਂ ਨੇ ਉਹਨੂੰ ਹੀ ਕਿਉਂ ਚੁਣਿਆ, ਹੋਰ ਕਿਸੇ ਨੂੰ ਕਿਉਂ ਨਹੀਂ ਪਹਿਲਾਂ ਚੁਣਿਆ? ਨਹੀਂ, ਇਹਨਾਂ ਦੇ ਨਾਲ ਕੋਈ ਇਹੋ ਜਿਹਾ ਲਿੰਕ ਹਾਲੇ ਤੱਕ ਨਹੀਂ ਸਾਹਮਣੇ ਆਇਆ। ਤਫਤੀਸ਼ ਦੇ ਵਿੱਚ ਦੇਖਦੇ ਹਾਂ ਕੀ ਆਉਂਦਾ, ਕਿਸੇ ਉਹਨਾਂ ਦੇ ਨਾਲ ਕਿਸੇ ਬੰਦੇ ਨਾਲ ਲਿੰਕ ਆਉਂਦਾ।